ਪਹਿਲਾਂ ਮੈਂ ਗੱਡੀਆਂ ਲਾਉਂਦਾ ਸਰੀਏ ਦੀਆਂ ਜੀ। ਅੱਛਾ ਜੀ। ਹਾਂਜੀ, ਸਰੀਏ ਦੀਆਂ ਗੱਡੀਆਂ ਲਾਉਂਦਾ, ਚੰਗਾ ਗੁਜ਼ਾਰਾ ਸੀ ਮੇਰਾ, 700-800 ਰੁਪਈਆ ਮੇਰਾ ਬਣ ਜਾਂਦਾ ਸੀ, ਅਤੇ ਗੱਡੀ ਲਾ ਕੇ ਆਣ ਕੇ ਮੈਂ ਆਪਣੀ ਨਾਲ ਦੀ ਨੂੰ ਸਾਂਭਦਾ ਰਹਿੰਦਾ ਸੀ, ਵੀ ਮਤਲਬ ਕੋਈ ਨਵਾਲ ਧਵਾਲ ਕੋਈ ਸੌ ਮਤਲਬ ਜਾਣੀ ਕਿ ਇਹਦਾ ਮਤਲਬ ਕਰਦਾ ਸੀ। ਅੱਜ ਜਦੋਂ ਦੀ ਮੇਰੀ 2 ਮਹੀਨੇ ਹੋ ਗਏ, ਬਾਂਹ ਟੁੱਟ ਗਈ, ਮੈਨੂੰ ਇਹ ਵੀ ਮੁਸ਼ਕਲ ਹੋ ਗਿਆ, ਜਾਣੀ ਕਿ ਮਤਲਬ ਘਰ ਦੀ ਨੂੰ ਵੀ ਸਾਂਭਣਾ ਮੁਸ਼ਕਲ ਹੋ ਗਿਆ, ਮੈਨੂੰ ਆਪਣਾ ਵੀ ਮੁਸ਼ਕਲ ਹੋ ਗਿਆ, ਕਿਉਂਕਿ ਭੈਣ ਭਰਾਵਾਂ ਨੇ ਮੈਨੂੰ ਇੱਥੇ ਤਾਂ ਮੰਗ ਤੰਗ ਕੇ ਟਾਈਮ ਪਾਸ ਕੀਤਾ, ਮੇਰੀ ਬਾਂਹ ਬਣਾਈ, ਮੇਰੇ ਕੋਲ ਇੰਨੀ ਪਹੁੰਚ ਨਹੀਂ ਸੀ, ਕਿਉਂਕਿ ਜਿੱਥੇ ਮੈਨੂੰ ਖੜਿਆ ਸੀ ਉੱਥੇ 60-65 ਹਜ਼ਾਰ ਰੁਪਈਆ ਦੱਸਦੇ ਸੀ, ਮੇਰੇ ਕੋਲ ਇੰਨੀ ਪਹੁੰਚ ਨਹੀਂ ਹੈਗੀ। ਮੈਂ ਇਹ ਕਰਕੇ ਫਿਰ ਮੁੜ ਕੇ ਬਾਅਦ 'ਚ ਇਹਨਾਂ ਭੈਣ ਭਰਾਵਾਂ ਨੇ ਇਕੱਠਿਆਂ ਇਕੱਠਿਆਂ ਕਰਕੇ ਮੇਰੀ ਬਾਂਹ ਬਣਾਈ, ਬਾਂਹ ਬਣਾ ਕੇ ਮਤਲਬ ਜਾਣੀ ਕਿ ਤਾਂ ਟਾਈਮ ਪਾਸ ਕੀਤਾ, ਅਤੇ ਪੱਟੀਆਂ ਪੁੱਟੀਆਂ ਹੁਣ ਕਰਵਾਉਣ ਡੇ, ਹੁਣ ਮਤਲਬ ਜਾਣੀ ਕਿ ਸਾਡੀ ਬਹੁਤ ਦਿੱਕਤ ਮਾੜੀ ਆ, ਵੀ ਮਤਲਬ ਇਹ ਵੇਲੇ ਸਾਡੇ ਡੱਬਿਆਂ ਦੇ ਵਿੱਚ ਖੰਡ ਵੀ ਨਹੀਂ, ਇਹ ਕਰੇ ਇੰਨੀ ਮੁਸ਼ਕਲ ਆ ਗਈ ਸਾਨੂੰ, ਵੀ ਹੁਣ ਅਸੀਂ ਚਾਹ ਵੀ ਕਿਹੋ ਵੇਲੇ ਲੂਣ ਵਾਲੀ ਪੀਂਦੇ ਹਾਂ। ਚਲੋ ਫੁਲਕਾ ਅਸੀਂ ਬਾਬੇ ਹੰਡਾਲੋਂ ਲਿਆ ਕੇ ਟਾਈਮ ਪਾਸ ਕਰ ਲੈਂਦੇ, ਰਾਤ ਨੂੰ ਲੈ ਆਈਦਾ, ਹੁਣ ਦਿਨੇ ਖਾ ਲੈਣਾ, ਸ਼ਾਮਾਂ ਨੂੰ ਫੇਰ ਲੈ ਕੇ ਆਉਣਾ। 2 ਮਹੀਨੇ ਹੋ ਗਏ ਸਾਨੂੰ ਇਸ ਤਰ੍ਹਾਂ ਹੀ ਅਸੀਂ ਟਾਈਮ ਪਾਸ ਕਰਨ, ਨਹੀਂ ਸ਼ਾਮ ਮੈਂ ਬਸ ਦੇ, ਮੈਂ ਹੀ ਸਿਰ ਵਾਹੁਣਾ, ਮੈਂ ਹੀ ਨਵਾਲਦਾ ਧਵਾਲਦਾ, ਮਤਲਬ ਜਾਣੀ ਕਿ ਮੈਂ ਹੀ ਇਹਨੂੰ ਆਣ ਕੇ ਸਾਂਭਦਾ ਸੀ, ਆਣ ਕੇ ਜਾਣੀ ਕਿ ਗੱਡੀ ਲਾ ਕੇ ਆਣ ਕੇ 3-4 ਘੰਟੇ ਲੱਗਦੇ ਗੱਡੀ ਨੂੰ ਲਾ ਕੇ ਆਣ ਕੇ, ਅਤੇ ਫਿਰ ਮੈਨੂੰ ਸਾਂਭਦਾ ਸੀ। ਇਹ ਬਾਂਹ ਟੁੱਟੀ ਜਿਸ ਤਰ੍ਹਾਂ ਦੇ ਨਵਾਲਣ ਡਿਆ ਸੀ, ਆਣ ਕੇ ਗੱਡੀ ਆਣ ਕੇ ਲਾਉਣ ਡਿਆ ਸੀ, ਅਤੇ ਲਾ ਕੇ ਆਣ ਕੇ ਅਤੇ ਨਵਾਲਣ ਡਿਆ ਸੀ, ਗਰਮੀ ਹੈਗੀ ਇਸ ਤਰ੍ਹਾਂ ਡਿੱਗ ਪਈ, ਡਿੱਗਣ ਕਰਕੇ ਤੋਂ ਇਹਦੀ ਵਜਨ ਦੇ ਪੈਣ ਕਰਕੇ ਮੇਰੀ ਬਾਂਹ ਟੁੱਟ ਗਈ ਨਾਲ। ਇਹ ਜਦੋਂ ਲੋਕਡਾਊਨ ਲੱਗੋ ਉਦੋਂ ਦੀ ਗੱਲ ਆ, ਅਤੇ ਵਿਆਸੋਂ ਕਿਰਾਇਆ ਲਾ ਦਿੱਤੇ, ਫਿਰ ਟੁੱਟ ਗਿਆ, ਫਿਰ ਇੱਦਾਂ ਫੜ ਚੜ ਕੇ ਵਿਆਜੀ 10 ਰੁਪਈਆਂ 'ਤੇ, ਅਤੇ ਫਿਰ 1.5 ਲੱਖ ਰੁਪਈਆ ਫਿਰ ਲੱਗ ਗਿਆ, 2 ਲੱਖ ਹੀ ਲੱਗ ਗਿਆ। ਅਤੇ ਉਹ ਹੁਣ ਸਾਡਾ ਥਾਂ ਗਹਿਣੇ ਪਿਆ ਵਾ, ਅਤੇ ਉਹ ਕਹਿੰਦੇ ਆ ਵੀ ਥੋੜ੍ਹੇ ਬਹੁਤੇ ਦਿਓ, ਅਤੇ ਆਪ ਵੀ ਨਹੀਂ ਰਾਜ਼ੀ ਹੋਏ। ਜੇ ਹੋਇਆ ਨਾ ਰਾਟ ਅਤੇ ਪਲੇਟ ਪਈ ਆ, ਮਾੜਾ ਮੋਟਾ ਤੁਰ ਲੱਗੇ ਅਤੇ ਅੰਦਰ ਨਵਾਉਣ ਲੱਗੇ, ਉੱਥੋਂ ਡਿੱਗ ਪਈ, ਅਤੇ ਆਹ ਜਿਹੜੇ ਮਣਕਿਆਂ ਨੂੰ ਦੱਬ ਆ ਗਈ ਆ। ਕਹਿੰਦਾ ਸੀ ਰੋਜ਼ ਦਾ 1000 ਰੁਪਈਆ ਲਾਊਂਗਾ ਟੈਂਚੀ ਵਾਲਾ, ਅਤੇ 15 ਦਿਨ ਰੱਖੂ, ਅਤੇ ਮੇਰੇ ਕੋਲ ਪੈਸੇ ਨਹੀਂ ਹੈਗੇ, ਅਤੇ ਮੈਂ ਦਾਖਲ ਨਹੀਂ ਹੋਈ, ਕਿ ਇੱਥੋਂ ਦਵਾਈ ਦਵੂਈ ਲੈ ਆਈਦੀ ਅਤੇ ਇੱਥੋਂ ਖਾ ਲਈਦੀ ਆ, ਅਤੇ ਬੜੀ ਮੁਸੀਬਤ ਪਈ। ਨਾ ਉੱਠਿਆ ਜਾਂਦਾ, ਲੱਕ ਦੇ ਹੱਥੋਂ ਨਾ ਬੈਠਾ, ਬਾਂਹ ਵੀ ਨਹੀਂ ਕੰਮ ਕਰਦੀ, ਲੰਮੇ ਪੈ ਕੇ ਸਿਰ ਵਾ ਲੈਂਦੀ ਹਾਂ, ਅਤੇ ਆ ਬਾਂਹ 'ਚ ਪਲੇਟ ਪੈਣੀ ਹੈ, ਅਤੇ ਉਹ ਕਹਿੰਦੇ ਵੀ ਪਲੇਟ ਪਾਓ। ਚੂਲਾ ਟੁੱਟੇ ਨੂੰ 9 ਸਾਲ ਹੋ ਗਏ, ਅਤੇ ਹੁਣ ਜੇ ਆਹ ਲੱਕ ਨੂੰ 1.5 ਸਾਲ ਹੋ ਗਿਆ ਵਾ, ਅਸੀਂ ਕਹਿੰਦੇ ਵੀ ਸਾਡੀ ਥੋੜ੍ਹੀ ਬਹੁਤੀ ਮਦਦ ਕੀਤੀ ਜਾਵੇ, ਅਤੇ ਚਲੋ ਜੋ ਕਿ ਕੋਈ ਸਰਦਾ ਬਣਦਾ ਵਾ ਕੋਈ ਇਹਦੇ 'ਤੇ, ਮੇਰੀ ਬਾਂਹ ਵੀ ਠੀਕ ਹੋ ਜਾਵੇ ਅਤੇ ਲੱਕ ਵੀ ਹੋ ਜਾਵੇ। ਹਾਲਾਤ ਇਹਨਾਂ ਦੇ ਤਾਂ ਇਸ ਟਾਈਮ ਬਹੁਤ ਮਾੜੀ ਹੈ ਜੀ, ਹਾਲਾਤ ਤਾਂ ਮਤਲਬ ਘਰ ਦਾ ਗੁਜ਼ਾਰਾ ਜਿਹੜਾ ਬਹੁਤ ਮੁਸ਼ਕਿਲ ਹੋ ਰਿਹਾ ਵਾ। ਰੋਟੀ ਵੀ ਗੁਰਦੁਆਰਾ ਸਾਹਿਬ ਤੋਂ, ਸ਼੍ਰੀ ਗੁਰੂ ਗੁਰਦੁਆਰਾ ਬਾਬਾ ਹੰਡਾਲ ਸਾਹਿਬ ਤੋਂ 2 ਟਾਈਮ ਰੋਟੀ ਲਿਆ ਕੇ ਗੁਜ਼ਾਰਾ ਕਰਾਉਂਦੇ ਆ, ਅਤੇ ਘਰ ਦੇ ਹਾਲਾਤ ਇਹੋ ਜਿਹੇ ਵੀ ਮਤਲਬ ਕਿ ਚਾਹ ਪਾਣੀ ਵਾਸਤੇ ਵੀ ਖੰਡ ਪੱਤੀ ਡੱਬੇ ਖਾਲੀ ਹੋਏ ਪਏ ਵਿਚਾਰਿਆਂ ਦੇ, ਕਿ ਬਹੁਤ ਜ਼ਿਆਦਾ ਹਾਲਾਤ ਮਾੜੇ ਆ। ਦੋਵੇਂ ਜੀਵ ਫ੍ਰੈਕਚਰ ਹੋਏ ਪਏ ਆ, ਮੰਜੇ 'ਤੇ ਪਏ ਆ, ਕਮਾਉਣ ਵਾਲਾ ਕੋਈ ਹੈ ਨਹੀਂ ਆ। ਇੱਕ ਇਹਨਾਂ ਦਾ ਬੇਟਾ ਵਾ, ਚਲੋ ਮਹਾਂ ਆਪੋ ਆਪਣੇ ਗੁਜ਼ਾਰੇ ਹੁੰਦੇ ਆ, ਉਹਦਾ ਕਰਕੇ ਇਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਜੀ। ਮੰਗ ਇਹੋ ਹੀ ਹੈ ਜੀ ਵੀ ਚਲੋ ਇਹਨਾਂ ਦਾ ਇੱਕ ਤਾਂ ਇਲਾਜ ਕੀਤਾ ਜਾਵੇ, ਇਹਨਾਂ ਦੀ ਘਰ ਦੀ ਇਲਾਜ ਕੀਤਾ ਜਾਵੇ, ਇਹਨਾਂ ਦੇ ਵੀ ਚਲੋ ਮਤਲਬ ਵੀ ਇਲਾਜ ਹੋ ਜਾਵੇ, ਅਤੇ ਚਲੋ ਜੇ ਕੋਈ ਮਤਲਬ ਭੈਣ ਭਰਾ ਕੋਈ ਚਾਹੁੰਦਾ ਵਾ ਤਾਂ ਇਹਨਾਂ ਦਾ ਜਿੰਨੀ ਦੇਰ ਤੱਕ ਇਹ ਮੰਜੇ 'ਤੇ ਪਏ ਆ ਕੋਈ ਪੈਸੇ ਵੱਲੋਂ ਵੀ ਜੇ ਮਦਦ ਹੋਏ ਤਾਂ ਚਲੋ ਇਹਨਾਂ ਰੋਟੀ ਪਾਣੀ ਦਾ ਜਿਹੜਾ ਵਧੀਆ ਹੋ ਸਕੇ ਗੁਜ਼ਾਰਾ, ਚਲੋ ਇਹਨਾਂ ਦਾ ਇਲਾਜ ਵੀ ਕਰਵਾਇਆ ਜਾਵੇ।